ਪਹਿਲਾਂ ਵੀ ਮਾਹੌਲ ਗਰਮਾਇਆ ਸੀਗਾ, ਪਿਛਲੇ 7 ਦਿਨਾਂ ਤੋਂ ਬੰਦ ਸੀਗਾ ਯੂਨੀਅਨ ਦਾ ਕੰਮ ਪੈਸੇ ਨੂੰ ਲੈ ਕੇ। ਦੂਸਰੀ ਤਰਫ ਉਹ ਕਹਿ ਰਹੀ ਸੀਗੀ ਵੀ ਅਸੀਂ ਪੈਸੇ ਬਣਾਂਗੇ, ਪਰ ਆਪਰੇਟਰ ਵੀਰ ਸਾਡੇ ਉਹਨਾਂ ਤੋਂ ਪੈਸੇ ਲੈ ਕੇ ਖੁਸ਼ ਨਹੀਂ ਸੀਗੇ। ਉਹ ਅੱਜ ਆਏ ਵੀ ਸੀ ਪੈਸੇ ਲੈ ਕੇ, ਪਰ ਸਾਡੇ ਇੱਕ ਵੀ ਸਿੰਗਲ ਆਪਰੇਟਰ ਨੇ ਉਹਨਾਂ ਤੋਂ ਪੈਸੇ ਨਹੀਂ ਲਏ, ਯੂਨੀਅਨ ਦੇ ਵਿੱਚ ਉਹ ਬਹਿ ਕੇ ਖਾਲੀ ਮੁੜ ਗਏ। ਠੇਕੇਦਾਰਾਂ ਨੇ ਸਾਡੇ ਪੈਸੇ ਰੋਕ ਲਏ ਸਪੈਸ਼ਲਾਂ ਦੇ ਜੀ, ਜਿਹਦਾ ਕਰਕੇ 13-14 ਸਪੈਸ਼ਲਾਂ ਦੇ ਪੈਸੇ ਰਹਿੰਦੇ ਸੀਗੇ ਜੀ। ਜਦੋਂ ਅੱਗੇ ਕੋਈ ਆਪਣੇ ਆਪਰੇਟਰਾਂ ਨੇ, ਤੁਹਾਨੂੰ ਪਤਾ ਜੀ ਗਰੀਬ ਘਰ ਦੇ ਗੱਡੀਆਂ ਨੇ ਜੀ, ਸਾਰਾ ਕੰਮ ਯੂਨੀਅਨ ਦਾ ਗੱਡੀਆਂ ਦਾ ਚੱਲਦਾ ਜੀ, ਅਤੇ ਪੈਸੇ ਨਾ ਆਉਣ ਕਰਕੇ ਅਸੀਂ ਠੇਕੇਦਾਰਾਂ ਦੇ ਖਿਲਾਫ ਅਸੀਂ ਧਰਨਾ ਦਿੱਤਾ ਸੀਗਾ ਜੀ। ਅੱਜ ਅਸੀਂ ਇੱਥੇ ਸਪੈਸ਼ਲਾਂ ਦੇ ਪੈਸੇ ਵੰਡਣ ਆਏ ਸੀਗੇ, ਇਹਨਾਂ 'ਚੋਂ ਕੁਛ ਬੰਦਿਆਂ ਨੇ ਸਾਡੇ 'ਤੇ ਅਟੈਕ ਕੀਤਾ, ਧੱਕਾ ਕੀਤਾ ਸਾਡੇ ਨਾਲ। ਇਹ MLA ਸਾਹਿਬ ਲਾਭ ਸਿੰਘ ਉੱਗੂਗੇ ਨੇ ਨਵੇਂ ਬੰਦੇ ਹੋਰ ਵਾਰਡ 'ਤੇ ਬਾਹਰੋਂ ਲਿਆ ਕੇ, ਕੋਈ ਉਹਨਾਂ ਕੋਲ ਟਰੱਕ ਨਹੀਂ, ਕਿਸੇ ਕੋਲ ਕੁਛ ਨਹੀਂ ਗਾ, ਉਹਨਾਂ ਨੂੰ ਦੁਨੀਆਂ ਦੇ ਵਿੱਚ ਜਿੰਦੇ ਤੋੜ ਕੇ ਅੰਦਰ ਬੈਠਿਆ, ਉਹ ਸਾਡਾ ਰੌਲਾ ਪਿਆ ਵਾ। ਜਿੰਨਾ ਚਿਰ ਸਾਨੂੰ ਪੈਸੇ ਨਹੀਂ ਮਿਲਦੇ ਉਨਾ ਚਿਰ ਅਸੀਂ, ਸਾਡਾ ਕੋਈ ਮਸਲਾ ਹੱਲ ਨਹੀਂ, ਕੋਈ ਸਮਝੌਤਾ ਨਹੀਂ। ਇਹ ਸਾਡੇ ਨਾਲ ਚਾਲਾਂ ਖੇਡਦੇ ਨੇਗੇ, ਸਾਥੋਂ ਪੈਸੇ ਖਾਣਾ ਚਾਹੁੰਦੇ ਨੇਗੇ। ਕੋਈ 10 ਲੱਖ ਰੁਪਈਆ ਮੰਗਦਾ, ਕੋਈ 15 ਲੱਖ ਰੁਪਈਆ ਮੰਗਦਾ। ਸਾਡੇ ਜਿਹੜੇ ਮੌਜੂਦਾ ਪ੍ਰਧਾਨ ਨੇ ਉਹ ਮਤਲਬ ਕਿ ਇਹਨਾਂ ਨੂੰ ਇਹ ਪੈਸੇ ਦੇ ਨਹੀਂ ਰਹੇ। ਟਰੱਕ ਯੂਨੀਅਨ ਦਾ ਮਾਮਲਾ ਉਸ ਸਮੇਂ ਗਰਮਾ ਗਿਆ ਜਦ ਸਪੈਸ਼ਲ ਦੀ ਪੁਰਾਣੀ 20 ਲੱਖ ਰੁਪਏ ਦੀ ਰਾਸ਼ੀ ਟਰੱਕ ਆਪਰੇਟਰਾਂ ਨੂੰ ਦੇਣ ਲਈ ਠੇਕੇਦਾਰ ਯੂਨੀਅਨ ਦੇ ਮੁਨਸ਼ੀਆਂ ਕੋਲ ਚਲਾ ਗਿਆ। ਉਸ ਤੋਂ ਬਾਅਦ ਦੋਵੇਂ ਧਿਰਾਂ ਦੇ ਵਿਰੋਧ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਆਮ ਆਦਮੀ ਪਾਰਟੀ ਦੇ ਟਰੱਕ ਯੂਨੀਅਨ ਦੇ ਦੋਵੇਂ ਪ੍ਰਧਾਨਾਂ ਤੇਜਿੰਦਰ ਸਿੰਘ ਅਤੇ ਨਰਾਇਣ ਸਿੰਘ ਪੰਧੇਰ ਨੂੰ ਟਰੱਕ ਯੂਨੀਅਨ ਵਿੱਚ ਅੰਦਰ ਦਾਖਲ ਨਹੀਂ ਹੋਣ ਦਿੱਤਾ। ਜਿੱਤ ਤੋਂ ਬਾਅਦ ਦੋਵੇਂ ਪ੍ਰਧਾਨ ਨੇ ਆਪਣੀ ਸਹਿਮਤੀ ਪ੍ਰਗਟ ਕਰ ਦਿੱਤੀ, ਪਰ ਕੁਝ ਸਮੇਂ ਬਾਅਦ ਹੀ ਆਮ ਆਦਮੀ ਪਾਰਟੀ ਦੀ ਦੂਜੀ ਧਿਰ ਜੋ ਆਪਣਾ ਟਰੱਕ ਯੂਨੀਅਨ ਉੱਪਰ ਪ੍ਰਧਾਨਗੀ ਦੀ ਦਾਅਵੇਦਾਰੀ ਦਿਖਾ ਰਹੀ ਸੀ, ਉਹ ਟਰੱਕ ਯੂਨੀਅਨ ਅੰਦਰ ਚਲੇ ਗਏ। ਤਾਂ ਟਰੱਕ ਯੂਨੀਅਨ ਦੇ ਦੋਵੇਂ ਪ੍ਰਧਾਨਾਂ ਟਰੱਕ ਆਪਰੇਟਰਾਂ ਸਮੇਤ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਉਹਨਾਂ ਦਾ ਡਟਵਾਂ ਵਿਰੋਧ ਕਰ ਦਿੱਤਾ, ਜਿਸ ਤੋਂ ਬਾਅਦ ਟਰੱਕ ਯੂਨੀਅਨ ਤਪਾ ਦੇ ਪ੍ਰਧਾਨਾਂ ਨੇ ਟਰੱਕ ਯੂਨੀਅਨ ਦੀਆਂ ਕੰਧਾਂ ਟੱਪ ਕੇ ਅੰਦਰ ਦਾਖਲ ਹੋ ਗਏ ਅਤੇ ਇਸ ਮਾਮਲੇ ਨੂੰ ਧੱਕੇਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ਜਾਣ ਬੁੱਝ ਕੇ ਪ੍ਰਸ਼ਾਸਨ ਦੀ ਸਹੀ ਤੇ ਦੂਜੀ ਧਿਰ ਵੱਲੋਂ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਹਥਿਆਉਣ ਦੇ ਹੱਥ ਕੰਡੇ ਕੀਤੇ ਜਾ ਰਹੇ ਨੇ। ਜੇਕਰ ਟਰੱਕ ਆਪਰੇਟਰ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਤਾਦਾਦ ਦੇ ਵਿੱਚ ਟਰੱਕ ਆਪਰੇਟਰ ਆਮ ਆਦਮੀ ਪਾਰਟੀ ਵੱਲੋਂ ਬਣਾਏ ਗਏ ਨੇ। ਤਪਾ ਟਰੱਕ ਯੂਨੀਅਨ ਦੇ ਪ੍ਰਧਾਨ ਤੇਜਿੰਦਰ ਸਿੰਘ ਅਤੇ ਨਰਾਇਣ ਸਿੰਘ ਪੰਧੇਰ ਦੋਵਾਂ ਨੂੰ ਆਪਣਾ ਸਮਰਥਨ ਦਿੰਦੇ ਨੇ, ਪਰ ਟਰੱਕ ਆਪਰੇਟਰਾਂ ਵੱਲੋਂ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋ ਕੇ ਖਿਲਾਫ ਵੀ ਆਪਣਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜਾਣ ਬੁੱਝ ਕੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋ ਕੇ ਆਪਣਾ ਰਾਜਨੀਤਿਕ ਦਬਾਅ ਹੇਠ ਦੂਜੀ ਧਿਰ ਨੂੰ ਜੋ ਕੁਝ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਅਤੇ ਟਰੱਕ ਯੂਨੀਅਨ ਤਪਾ ਦਾ ਪ੍ਰਧਾਨ ਬਣਾਉਣਾ ਚਾਹੁੰਦੇ ਨੇ, ਜੋ ਸਰਾਸਰ ਧੱਕੇਸ਼ਾਹੀ ਹੈ, ਜੋ ਕਦੇ ਵੀ ਪ੍ਰਵਾਨ ਨਹੀਂ ਕੀਤੀ ਜਾਵੇਗੀ। ਇਸ ਮਾਮਲੇ ਸੰਬੰਧੀ ਵੱਡੇ ਪੱਧਰ ਤੇ DSP ਤਪਾ ਮਾਨਵਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਨੇੜਲੇ ਥਾਣਿਆਂ ਦੇ SHO ਅਤੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇਜਿੰਦਰ ਸਿੰਘ ਜੀ, ਪ੍ਰਧਾਨ ਟਰੱਕ ਯੂਨੀਅਨ ਤਪਾ। ਦੇਖੋ ਜੀ, ਪਿਛਲੇ ਲੰਮੇ ਸਮੇਂ ਤੋਂ ਸਾਡੇ ਟਰੱਕ ਯੂਨੀਅਨ ਦੇ ਆਪਰੇਟਰਾਂ ਦੇ ਪੈਸੇ ਖੜੇ ਸੀ ਸਪੈਸ਼ਲਾਂ ਵਾਲੇ ਠੇਕੇਦਾਰ ਬੰਨੀ, ਉਹਨਾਂ ਦੇ ਅੱਜ ਪੈਸੇ ਮੰਗਾ ਕੇ ਉਹ ਪੈਸੇ ਵੰਡ ਰਹੇ ਹਾਂ ਜੀ ਸਪੈਸ਼ਲਾਂ। ਮਾਮਲਾ ਗਰਮਾਇਆ ਸੀਗਾ, ਮਾਹੌਲ ਵੀ ਜਾਣੀ ਕਿ ਹੋਇਆ ਸੀ, ਤਣਾਅਪੂਰਵਕ ਕਿਵੇਂ ਦੇਖਦੇ ਹੈਗੇ? ਤਣਾਅਪੂਰਵਕ ਤਾਂ ਇਹ ਹੈ ਜੀ, ਪਿਛਲੇ ਕਾਫੀ ਦਿਨ ਤੁਹਾਨੂੰ ਵੀ ਪਤਾ ਹੀ ਆ, ਪਹਿਲਾਂ ਵੀ ਮਾਹੌਲ ਗਰਮਾਇਆ ਸੀਗਾ, ਪਿਛਲੇ 7 ਦਿਨਾਂ ਤੋਂ ਬੰਦ ਸੀਗਾ ਯੂਨੀਅਨ ਦਾ ਕੰਮ ਪੈਸੇ ਨੂੰ ਲੈ ਕੇ। ਦੂਸਰੀ ਤਰਫ ਉਹ ਕਹਿ ਰਹੀ ਸੀਗੀ ਵੀ ਅਸੀਂ ਪੈਸੇ ਵੰਡਾਂਗੇ, ਪਰ ਆਪਰੇਟਰ ਵੀਰ ਸਾਡੇ ਉਹਨਾਂ ਤੋਂ ਪੈਸੇ ਲੈ ਕੇ ਖੁਸ਼ ਨਹੀਂ ਸੀਗੇ। ਉਹ ਅੱਜ ਆਏ ਵੀ ਸੀ ਪੈਸੇ ਲੈ ਕੇ, ਪਰ ਸਾਡੇ ਇੱਕ ਵੀ ਸਿੰਗਲ ਆਪਰੇਟਰ ਨੇ
ਉਹਨਾਂ ਤੋਂ ਪੈਸੇ ਨਹੀਂ ਲਏ ਅਤੇ ਯੂਨੀਅਨ ਦੇ ਵਿੱਚ ਉਹ ਬਹਿ ਕੇ ਖਾਲੀ ਮੁੜ ਗਏ। ਹੁਣ ਸਾਡੇ ਨਾਲ ਸਾਰੇ ਟਰੱਕ ਆਪਰੇਟਰ ਵੀਰ ਆਏ ਆ, ਤਾਂ ਹੁਣ ਗੱਲੇ ਵੀ ਅਸੀਂ ਜਿਹੜੀ ਵੰਡ ਆ ਉਹ ਕਰ ਰਹੇ ਹਾਂ ਜੀ। ਜਿਹੜਾ ਹੈਗਾ ਯਾਨੀ ਕਿ ਕੌਣ ਵਿਅਕਤੀ ਹੈਗੇ ਜੋ ਕਾਬਜ਼ ਹੋਣਾ ਚਾਹੁੰਦੇ ਆ? ਉਹ ਸਾਡੇ MLA ਲਾਭ ਸਿੰਘ ਗੋਗੇ ਜੀ ਦੇ ਨਜ਼ਦੀਕੀ ਨੇ ਜੀ। ਕਦੋਂ ਪਾਰਟੀ ਵਿੱਚ? ਨਰਾਇਣ ਸਿੰਘ ਬੰਦੇਰ ਜੀ, ਪ੍ਰਧਾਨ ਟਰੱਕ ਯੂਨੀਅਨ ਤਪਾ। ਕੀ ਕਹਿਣਾ ਚਾਹੁੰਦੇ ਜਿਹੜਾ ਮਾਮਲਾ ਗਰਮਾਇਆ ਹੋਇਆ ਹੈ? ਮਾਮਲਾ ਤੁਹਾਨੂੰ ਪਤਾ ਜੀ, ਪਿਛਲੇ ਦਿਨਾਂ ਤੋਂ ਆਪਣੇ ਠੇਕੇਦਾਰਾਂ ਨੇ ਸਾਡੇ ਪੈਸੇ ਰੋਕ ਰੱਖੇ ਸਪੈਸ਼ਲਾਂ ਦੇ ਜੀ, ਜਿਹਦਾ ਕਰਕੇ 13-14 ਸਪੈਸ਼ਲਾਂ ਦੇ ਪੈਸੇ ਰਹਿੰਦੇ ਸੀਗੇ ਜੀ। ਜਦੋਂ ਅੱਗੇ ਅੱਗੇ ਆਪਣੇ ਆਪਰੇਟਰਾਂ ਨੇ, ਤੁਹਾਨੂੰ ਪਤਾ ਜੀ ਗਰੀਬ ਘਰ ਦੇ ਗੱਡੀਆਂ ਨੇ ਜੀ, ਸਾਰਾ ਕੰਮ ਯੂਨੀਅਨ ਤੋਂ ਗੱਡੀਆਂ ਦਾ ਚੱਲਦਾ ਜੀ, ਅਤੇ ਪੈਸੇ ਨਾ ਆਉਣ ਕਰਕੇ ਅਸੀਂ ਠੇਕੇਦਾਰਾਂ ਦੇ ਖਿਲਾਫ਼ ਅਸੀਂ ਧਰਨਾ ਦਿੱਤਾ ਸੀਗਾ ਜੀ, ਅਤੇ ਧਰਨਾ ਚੱਲ ਰਿਹਾ ਸੀਗਾ ਜੀ। ਅਸੀਂ ਉਹਦਾ ਧਰਨੇ ਸਾਰਾ ਆਪਰੇਟਰ, ਸਾਡੇ ਮੁਨਸ਼ੀ, ਸਾਡੇ ਡਰਾਈਵਰ ਸਾਹਿਬਾਨ, ਅਤੇ ਅਸੀਂ ਦੋਨੇ ਪ੍ਰਧਾਨ, ਮੈਂ ਤੇਜਿੰਦਰ ਢਿਲਮਾ ਜੀ, ਅਤੇ ਅਸੀਂ ਉੱਥੇ ਬੈਠੇ ਸੀ। ਸਾਡੇ ਗੈਰ ਮੌਜੂਦਗੀ 'ਚ ਜੀ ਦੂਜੀ ਪਾਰਟੀ ਜਿਹੜੇ ਨਵੇਂ ਜੁਆਇਨ ਹੋਏ ਜੀ ਪਾਰਟੀ 'ਚ, ਧੱਕੇ ਨਾਲ ਤਾਂ ਕਾਬਜ਼ ਹੋਏ ਨਹੀਂ, ਇਹ ਤੜਕੇ ਉਹਨਾਂ ਜਿੰਦੇ ਵੀ ਤੋੜੇ ਆ ਜੀ, ਜਿੰਨਾ ਤੋੜ ਕੇ ਉੱਥੇ ਬੈਠੇ ਨੇ। ਠੇਕੇਦਾਰ ਨੂੰ ਸੱਦਿਆ ਵੀ ਅਸੀਂ, ਪੈਸੇ ਆਪ ਵੰਡਾਂਗੇ ਸਪੈਸ਼ਲਾਂ ਦੇ, ਪਰ ਠੇਕੇਦਾਰ ਨੇ ਮਨਾ ਕਰ ਦਿੱਤਾ ਜੀ। ਅਤੇ ਜਦੋਂ ਅਸੀਂ ਇਹਨਾਂ ਨਾਲ ਕੰਪਰੋਮਾਈਜ਼ ਹੋ ਗਈ, ਚਲੋ ਪੈਸੇ ਅਸੀਂ ਦਿੰਦੇ ਹਾਂ ਵੀ ਤੁਸੀਂ ਤੁਹਾਡੇ ਪ੍ਰਧਾਨ ਜੀ ਬਣਾ ਦੇ, ਤੁਹਾਡੇ ਮੁਨਸ਼ੀ ਬੰਨਣਗੇ, ਅਤੇ ਅਸੀਂ ਉਹਨਾਂ ਨਾਲ ਕੋਪਰੇਟ ਕਰਕੇ ਜੀ ਅਸੀਂ ਪੈਸੇ ਵੰਡਣ ਆਏ ਸੀਗੇ ਜੀ ਇੱਥੇ। ਅਤੇ ਜਦੋਂ ਅਸੀਂ ਇੱਥੇ ਪਹੁੰਚੇ ਜੀ, ਸਾਨੂੰ ਆਪਰੇਟ ਪ੍ਰਸ਼ਾਸਨ ਨੇ ਗੇਟ 'ਚ ਰੋਕ ਕੇ ਗਿਆ ਵੀ ਤੁਸੀਂ ਪ੍ਰਧਾਨ ਦੋਨੇ ਬਾਹਰ ਰਹਿਣਗੇ ਅਤੇ ਸਾਰੇ ਆਪਰੇਟਰ ਸਾਹਿਬਾਨ ਅੰਦਰ ਜਾਣਗੇ। ਅਸੀਂ ਕੋਪਰੇਟ ਕਰਕੇ ਅਸੀਂ ਦੋਨੇ ਬਾਹਰ ਖੜ੍ਹ ਗਏ, ਮੈਂ ਤੇਜਿੰਦਰ ਪ੍ਰਧਾਨ ਜੀ ਅਤੇ ਮੈਂ ਨਰਿੰਦਰ ਸਿੰਘ ਬੰਦੇਰ, ਅਸੀਂ ਬਾਹਰ ਖੜ੍ਹ ਗਏ ਜੀ। ਜਦਕਿ ਦੂਜੀ ਪਾਰਟੀ ਅਤੇ ਦੋ ਤਿੰਨ ਬੰਦੇ ਆਏ ਜੀ, ਪ੍ਰਸ਼ਾਸਨ ਕੁਲਜਿੰਦਰ ਸਿੰਘ SHO ਨੇ ਨਾ ਗਟਮੈਟ ਕਰਕੇ ਜੋ ਅੰਦਰ ਵੜ ਗਏ ਜੀ, ਜਿਹਦੇ ਕਰਕੇ ਸਾਡੇ ਆਪਰੇਟਰ ਭੜਕ ਗਏ ਜੀ, ਅਤੇ ਇੱਥੇ ਮਤਲਬ ਲੜਾਈ ਵਾਲਾ ਮਾਹੌਲ ਹੋ ਗਿਆ ਸੀ। ਕਰਦੇ ਸਾਡੇ ਨਾਲ, ਸਾਨੂੰ ਉਹਦੀ ਪਾਰਟੀ 'ਤੇ ਬਹੁਤ ਮਾਣ ਆ ਜੀ, ਸਾਡਾ ਹਾਈ ਕਮਾਨ 'ਚ ਸਾਨੂੰ ਬਹੁਤ ਤਸੱਲੀ ਦਿੱਤੀ ਗਈ ਵੀ ਕਿਸੇ ਨਾ ਆਪਣੇ ਪੁਰਾਣੇ ਵਰਕ ਨਾਲ ਕੋਈ ਧੱਕਾ ਨਹੀਂ ਹੋਊਗਾ ਜੀ, ਅਤੇ ਤੁਹਾਡੇ ਨਾਲ ਅਸੀਂ ਕੋਪਰੇਟ ਕਰਕੇ ਚੱਲਾਂਗੇ, ਅਤੇ ਸਾਡੀ ਸੁਣਵਾਈ ਵਧੀਆ ਹੋ ਰਹੀ ਹੈ ਜੀ। ਅਤੇ ਬਾਕੀ ਸਾਡੇ ਹੁਣ ਅੱਜ DSP ਆਏ ਸਨ ਅਤੇ ਤਹਿਸੀਲਦਾਰ ਸੀ, ਉਹਨਾਂ ਦੀ ਮੌਜੂਦਗੀ 'ਚ ਸਾਡੇ ਅਸੀਂ ਆਪਰੇਟਰ ਨੂੰ ਪੈਸੇ ਬਣਾ ਰਹੇ ਹਾਂ ਜੀ ਮੁਨਸ਼ੀ। ਹਾਂਜੀ, ਇੱਕ ਜਿਹੜੇ ਨਵੇਂ ਆਏ ਕਾਂਗਰਸ ਪਾਰਟੀ, ਸਾਡੇ ਕੋਲ ਮਹੀਨਾ ਹੀ ਹੋਇਆ ਸੀਗਾ ਜੀ, ਜਦੋਂ 14 ਜੂਨ ਉਹਨਾਂ ਨੇ ਯੂਨੀਅਨ ਦੱਬਣ ਦੀ ਕੋਸ਼ਿਸ਼ ਕੀਤੀ ਹੈ ਜੀ। 24 ਨੂੰ ਜੁਆਇਨ ਕੀਤਾ ਜੀ ਨੇ, 14 ਜੂਨ ਉਹਨਾਂ ਨੇ ਯੂਨੀਅਨ 'ਚ ਧਾਵਾ ਬੋਲਿਆ ਜੀ, ਇਹ ਯੂਨੀਅਨ ਦੱਬਣ ਦੀ ਨੀਤ ਨਾਲ ਆਏ ਸੀਗੇ ਜੀ, ਪਰ ਸਾਡੇ ਆਪਰੇਟਰਾਂ ਨੇ ਸਾਡੇ ਹੱਕ ਵਿੱਚ ਗਵਾਹੀ ਭਰਦੇ, ਉਹਨਾਂ ਨੂੰ ਅੰਦਰ ਵੜ ਨਹੀਂ ਦਿੱਤਾ, ਅਤੇ ਸਾਨੂੰ ਹੀ ਪ੍ਰਧਾਨ ਮੰਨਦੇ ਜੀ, ਕਹਿੰਦੇ ਅਸੀਂ ਹੋਰ ਕਿਸੇ ਨੂੰ ਪ੍ਰਧਾਨ ਬਣ ਨਹੀਂ ਦੇਣਾ, ਅਸੀਂ ਪੁਰਾਣੇ ਵਰਕਰ ਹਾਂ ਜੀ, ਮਿਹਨਤੀ ਹਾਂ, ਇਮਾਨਦਾਰ ਹਾਂ ਜੀ, ਅਤੇ ਸਾਡੇ ਆਪਰੇਟਰ ਸਾਡੇ ਨੂੰ, ਸਾਨੂੰ ਆਪਰੇਟਰਾਂ ਦੀ ਮਾਣ ਆ, ਅਤੇ ਸਾਡੇ ਨਾਲ ਖੜ੍ਹੇ ਤੇ ਅਸੀਂ ਵੀ ਉਹਨਾਂ ਨਾਲ ਡਟ ਕੇ ਖੜ੍ਹੇ ਹਾਂ ਜੀ। ਕੀ ਨਾਮ ਤੁਹਾਡਾ? ਜਸਵਿੰਦਰ ਸਿੰਘ ਚੱਠਾ ਜੀ। ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਮਾਮਲਾ ਗਰਮਾ ਚੁੱਕਿਆ ਸੀ ਇਕੱਠੇ ਨੂੰ ਟੱਪਾ? ਇਹ ਤਾਂ ਜੀ ਦੇਖੋ, ਅਸੀਂ 2013-14 ਤੋਂ ਪਾਰਟੀ ਨਾਲ ਕੰਮ ਕਰਦੇ ਹਾਂ ਇਮਾਨਦਾਰੀ ਨਾਲ, ਪਾਰਟੀ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਸੀ ਟਰੱਕ ਯੂਨੀਅਨ ਦੀ, ਅੱਜ ਅਸੀਂ ਇੱਥੇ ਸਪੈਸ਼ਲਾਂ ਦੇ ਪੈਸੇ ਵੰਡਣ ਆਏ ਸੀਗੇ। ਇਹਨਾਂ 'ਚੋਂ ਕੁਛ ਬੰਦਿਆਂ ਨੇ ਸਾਡੇ 'ਤੇ ਅਟੈਕ ਕੀਤਾ, ਧੱਕਾ ਕੀਤਾ ਸਾਡੇ ਨਾਲ, ਪ੍ਰਸ਼ਾਸਨ ਨੇ ਆਪਦੀ ਵਧੀਆ ਜ਼ਿੰਮੇਵਾਰੀ ਨਿਭਾਈ ਆ, ਅਸੀਂ ਅੱਜ ਸਪੈਸ਼ਲਾਂ ਦੇ ਪੈਸੇ ਸਾਡੀ ਮੌਜੂਦਗੀ ਦੇ ਵਿੱਚ ਇੱਥੇ ਵੰਡੇ ਗਏ। ਮੈਂ ਕੀ ਕਰਦੇ ਹੈਗੇ ਜਿਹੜੇ ਲਗਾਤਾਰ ਇਹ ਮਾਮਲਾ ਵੱਧਦਾ ਜਾ ਰਿਹਾ? ਉਹ ਤਾਂ ਦੇਖੋ ਜੀ, ਇਹਨਾਂ ਨੂੰ ਸਰਕਾਰ ਪਹਿਲਾਂ ਜ਼ਿੰਮੇਵਾਰੀ ਮਿਲੀ ਸੀ ਤਾਂ ਇਹਨਾਂ ਨੂੰ ਹੁਣ ਪਿੱਛੇ ਹਟ ਜਾਣਾ ਚਾਹੀਦਾ, ਹੁਣ ਪਾਰਟੀ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਤਾਂ ਅਸੀਂ ਆਪਦੀ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਿਭਾ ਰਹੇ ਹਾਂ। ਇਹ ਹੁਣ ਧੱਕੇ ਸ਼ਾਹੀ ਨਾਲ ਜਾਂ ਇੱਦਾਂ ਕਰਦੇ ਨੇ ਉਹ ਸਹੀ ਨਹੀਂ ਹੈਗਾ ਇਹਨਾਂ ਨੂੰ। ਬਾਈ ਜੀ, ਅੱਜ ਸਵੇਰ ਦਾ ਨਾ ਉੱਥੇ ਸਪੈਸ਼ਲ ਲੱਗੀ ਹੋਈ ਸੀਗੀ, ਸਪੈਸ਼ਲ ਲੱਗ ਕੇ ਉੱਥੇ ਟਰੱਕ ਆਪਰੇਟਰ ਆਪਣਾ ਸ਼ਾਂਤੀਪੂਰਵਕ ਆਪਣਾ ਧਰਨਾ ਦੇ ਰਹੇ ਸੀਗੇ, ਜਿਹਦੇ ਵਿੱਚ ਪੁਲਿਸ ਪ੍ਰਸ਼ਾਸਨ ਵਾਰ ਵਾਰ ਜਾ ਰਿਹਾ ਸੀ, ਤਹਿਸੀਲਦਾਰ ਜਾ ਰਿਹਾ ਸੀਗਾ, ਉੱਥੇ ਜਾ ਕੇ ਉਹੀ ਸ਼ਾਂਤੀ ਬਣਾ ਕੇ ਰੱਖਣ ਦੀ ਗੱਲ ਕਹੀ ਗਈ। ਉੱਥੇ ਸਾਰੇ ਟਰੱਕ ਆਪਰੇਟਰਾਂ ਨੂੰ ਕਿਹਾ ਸੀ ਸ਼ਾਂਤੀਪੂਰਵਕ ਬੈਠੇ ਰਹੋ, ਤੁਹਾਡੇ ਜਿਹੜੇ ਪੈਸੇ ਨੇਗੇ ਉਹ ਤੁਹਾਨੂੰ ਮਿਲਣਗੇ। ਅੱਜ ਜੋ ਠੇਕੇਦਾਰ ਸੀ ਉਹਨਾਂ ਨਾਲ ਮਿਲੀ ਭੁਗਤ ਕਰਕੇ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਹੈ ਉਹਨੇ ਦੂਜਿਆਂ ਨੂੰ ਇੱਥੇ ਆ ਕੇ ਕਹਿ ਕੇ ਲੈ ਕੇ ਆਉਂਦਾ ਵੀ ਤੁਹਾਨੂੰ ਸਾਰਿਆਂ ਨੂੰ ਉੱਥੇ ਕਿਸੇ ਨੂੰ ਅੰਦਰ ਨਹੀਂ ਵੜਨ ਦਿੱਤਾ ਜਾਊਗਾ, ਦੋਨੇ ਮੁਨਸ਼ੀ ਪੈਸੇ ਵੰਡਣਗੇ। ਲੇਕਿਨ ਇੱਥੇ ਆ ਕੇ ਪ੍ਰਸ਼ਾਸਨ ਨੇ ਕੀ ਕੀਤਾ, ਸਾਰੇ ਗੇਟ ਘੇਰ ਕੇ ਖੜ੍ਹ ਗਏ ਹੈਗੇ, ਦੂਜੇ ਜਿਹੜੇ ਵਿਰੋਧੀ ਧਿਰ ਸੀ ਕਾਂਗਰਸੀ ਅਕਾਲੀ
ਉਹਨਾਂ ਨੂੰ ਫੋਨ ਕੀਤਾ ਵੀ ਆ ਜਾਓ ਤੁਸੀਂ ਅੰਦਰ, ਉਹ ਆਏ ਅੰਦਰ, ਉਹਨਾਂ ਨੂੰ ਬਾਹਰ ਤਾਂ ਅਤੇ ਦੂਜਿਆਂ ਨੂੰ ਕਿਸੇ ਨੂੰ ਅੰਦਰ ਨਹੀਂ ਰਵੇ ਲੱਗਣ ਦਿੱਤਾ। ਫਿਰ ਅਸੀਂ ਆਪਦੇ ਜ਼ੋਰ ਨਾਲ ਅੰਦਰ ਵੜ ਕੇ ਸਾਡੇ ਜਿਹੜੇ ਹੈਗੇ ਸੀਗੇ ਉਹਨਾਂ ਦੇ, ਇਹਨਾਂ ਨੇ ਆ ਕੇ ਡਾਂਗਾ ਸੋਟੀਆਂ ਵੀ ਮਾਰੀਆਂ, ਕੱਲ੍ਹ ਹੀ ਕਾਂਗਰਸੀ ਸਾਡੇ ਸਿਰ 'ਤੇ ਬਿਠਾ ਦਿੱਤੇ ਸਾਡੇ MLA ਸਾਹਿਬ ਨੇ, ਅਤੇ ਇਹ ਦੇਖ ਲਓ ਸਰੇਸਰ ਧੱਕਾ ਹੈਗਾ। ਅਸੀਂ ਇਹ ਚੀਜ਼ ਨਹੀਂ ਚੱਲਣ ਦੇਵਾਂਗੇ, ਮਰਾਂਗੇ ਅਤੇ ਮਿਟਾਂਗੇ। ਜਿਹੜੇ ਗੁੰਡਾ ਰਾਜ ਇੱਥੇ ਲੈ ਕੇ ਆਏ ਹੈਗੇ ਕਾਂਗਰਸੀ ਅਕਾਲੀ, ਉਹਨਾਂ ਨੂੰ ਅਸੀਂ ਕਦੇ ਵੀ ਸਿਰ 'ਤੇ ਬੈਠਣ ਨਹੀਂ ਦੇਵਾਂਗੇ। ਅਸੀਂ ਹਰ ਟਾਈਮ ਆਪਦੇ ਵਰਕਰਾਂ ਦੇ ਨਾਲ ਆ, ਟਰੱਕ ਆਪਰੇਟਰਾਂ ਦੇ ਨਾਲ ਆ, ਜਿੱਥੇ ਵੀ ਇਹਨਾਂ ਨੇ ਭੱਜਣਾ ਭੱਜ ਲੈਣ। ਪਰ ਪ੍ਰਸ਼ਾਸਨ ਨੇ ਅੱਜ ਪੂਰੀ ਅਣਗਹਿਲੀ ਕਰਕੇ ਇੱਥੇ ਮਰਾਉਣ ਦੀ ਕੋਈ ਕਸਰ ਨਹੀਂ ਛੱਡੀ। ਦੋਨੇ ਧਿਰਾਂ ਦੇ ਵਿੱਚ ਆਪਸ ਵਿੱਚ ਪੂਰੀ ਝੜਪ ਹੋਈ ਹੈ, ਸਾਡੀ ਇੱਥੇ ਪਾਰਟੀ ਦੀ ਛਵੀ ਖਰਾਬ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਅਕਾਲੀ ਅਤੇ ਕਾਂਗਰਸੀ ਸਾਡੇ ਸਿਰ 'ਤੇ ਬਿਠਾਏ ਗਏ ਨੇ। 20 ਲੱਖ ਰੁਪਇਆ ਸੀ ਜਿਹੜਾ, ਉਹਦੇ ਵਿੱਚ ਵੀ ਉਹਨਾਂ ਨੇ ਧੱਕਾ ਮੁੱਕੀ ਕੀਤੀ ਹੈ, ਪਹਿਲਾਂ ਵੀ ਜਿੰਦਰੇ ਤੋੜ ਕੇ ਉਹ ਅੰਦਰ ਬਣੇ ਨੇਗੇ। ਇਹਨਾਂ ਨੇ ਕੋਈ ਉਹ ਨਹੀਂ ਕਰਿਆ, ਹਾਈ ਕਮਾਂਡ ਦਾ ਜੋ ਹੁਕਮ ਸੀ ਉਹਦੀ ਉਲੰਘਣਾ ਕੀਤੀ ਗਈ ਹੈ। ਅਸੀਂ ਆਪਦੀ ਸ਼ਾਂਤੀ ਬਣਾ ਕੇ ਬੈਠੇ ਸੀ, ਉੱਥੋਂ ਕਹਿ ਕੇ ਲੈ ਕੇ ਆਏ ਹੈ ਕਿ ਅਸੀਂ ਤੁਹਾਨੂੰ ਇੱਥੇ ਦੂਜੀ ਧਿਰ ਵੀ ਨਹੀਂ ਵੜੂਗੀ, ਤੁਸੀਂ ਵੀ ਨਾ ਵੜਿਓ ਅੰਦਰ। ਪਰ ਲੇਕਿਨ ਇੱਥੇ ਲਿਆ ਕੇ ਉਹਨਾਂ ਨੇ ਫਿਰ ਅਕਾਲੀ ਅਤੇ ਕਾਂਗਰਸੀਆਂ ਨੂੰ ਅੰਦਰ ਬਾਹਰਤਾ, ਉਹੀ ਕੰਮ ਕਰਤਾ ਜਿਹੜਾ ਨਹੀਂ ਕਰਨਾ ਚਾਹੀਦਾ ਸੀ। ਮਰਵਾਉਣ ਦੇ ਪੂਰੇ ਚਾਂਸ ਸੀਗੇ, ਇੱਥੇ ਟਰੱਕ ਆਪਰੇਟਰਾਂ ਦੇ ਕਿਸੇ ਦੇ ਸੱਟਾਂ ਵੀ ਵੱਜੀਆਂ ਹੈਗੀਆਂ ਗੀਆਂ, ਬਾਕੀ ਧੱਕਾ ਮੁੱਕੀ ਵੀ ਪੂਰੀ ਹੋਈ ਹੈਗੀ ਹੈਗੀ। ਇਸ ਗੱਲ ਦਾ ਸਾਰਾ ਜਿਹੜਾ ਹੈਗਾ, ਸੋ ਸਾਡਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਜੀ। ਅਸੀਂ ਤਾਂ ਪੂਰੀ ਬਣਦੀ ਕਾਰਵਾਈ ਦੀ ਮੰਗ ਕਰਦੇ ਹਾਂ, ਸਾਡੀ ਪਾਰਟੀ ਵੱਲੋਂ ਸਾਨੂੰ ਇਨਸਾਫ਼ ਦਵਾਇਆ ਜਾਵੇ। ਜਿਹੜੇ ਸਾਡੇ ਪ੍ਰਧਾਨ ਹੈ ਮੌਜੂਦਾ ਚੱਲ ਰਹੇ ਹੈ, ਸਾਨੂੰ ਉਹ ਮਨਜ਼ੂਰ ਹੈ, ਵਧੀਆ ਸਾਡਾ ਕਾਰੋਬਾਰ ਚਲਾ ਰਹੇ ਹੈ, ਵਧੀਆ ਸਾਨੂੰ ਪੈਸੇ ਮਿਲਦੇ ਸੀਗੇ। ਇਹ MLA ਸਾਹਿਬ ਲਾਭ ਸਿੰਘ ਉਗੋਕੇ ਨੇ ਨਵੇਂ ਬੰਦੇ ਪਾ ਹੋਰ ਵਾਰਡ 'ਤੇ ਬਾਹਰੋਂ ਲਿਆ ਕੇ, ਕੋਈ ਉਹਨਾਂ ਕੋਲ ਟਰੱਕ ਨਹੀਂ, ਕਿਸੇ ਕੋਲ ਕੁਛ ਨਹੀਂ ਗਾ, ਉਹਨਾਂ ਨੂੰ ਦੁਨੀਆਂ ਦੇ ਵਿੱਚ ਜਿੰਦੇ ਤੋੜ ਕੇ ਅੰਦਰ ਬੈਠਿਆ ਉਹ, ਸਾਡਾ ਰੌਲਾ ਪਿਆ ਵਾ। ਜਿੰਨਾ ਚਿਰ ਸਾਨੂੰ ਪੈਸੇ ਨਹੀਂ ਮਿਲਦੇ ਉਨਾ ਚਿਰ ਅਸੀਂ, ਸਾਡਾ ਕੋਈ ਮਸਲਾ ਹੱਲ ਨਹੀਂ, ਕੋਈ ਸਮਝੌਤਾ ਨਹੀਂ। ਉਹਨਾਂ ਦੇ ਜਿੰਦੇ ਤੋੜਨ ਦਾ ਉਹ ਪਰਚਾ ਦਰਜ ਕੀਤਾ ਜਾਵੇ, ਜਿਹੜੇ ਉਹਨਾਂ ਨੇ ਬਾਹਰਲੇ ਬੰਦਿਆਂ ਨੇ ਜਿੰਦੇ ਤੋੜਤੇ, ਸਾਡੀ ਯੂਨੀਅਨ ਦੇ, ਯੂਨੀਅਨ ਸਾਡੀ ਹੈ, ਅਸੀਂ ਆਪਰੇਟਰਾਂ ਜੀ, ਸਾਰੇ ਵੀਰ ਇੱਥੇ ਬੈਠੇ, ਆਪਰੇਟਰ ਜਿੰਨੇ ਵੀ ਹੈ ਸਾਰਿਆਂ ਦਾ ਬੈਠਿਆ, ਉਹਨਾਂ ਦੇ ਪਰਚਾ ਹੋਣਾ ਚਾਹੀਦਾ ਹੈਗਾ ਜਿਨ੍ਹਾਂ ਨੇ ਧੱਕੇ ਨਾਲ ਜਿੰਦੇ ਤੋੜੇ ਆ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਰੇਟਰ ਵੀਰਾ ਕਰੀਓ, ਮਤਲਬ ਕਿ ਮੈਨੂੰ ਇਹ ਗੱਲ ਕਹੀ ਗਈ ਹੈ, ਮੈਂ ਵੀ ਆਪਰੇਟਰ ਹਾਂਗਾ, ਵੀ ਜਿੰਨਾ ਚੱਕਰ ਸਾਡੇ ਪੈਸੇ ਆ ਜਿਹੜੇ ਸਪੈਸ਼ਲਾਂ ਦੇ, ਉਹਨਾਂ ਚੱਕਰ ਅਸੀਂ ਸੰਘਰਸ਼ ਆਪਦਾ ਜਾਰੀ ਰੱਖਾਂਗੇ ਅਣਮਿੱਥੇ ਸਮੇਂ ਲਈ। ਨਾਲ ਹੀ ਅਸੀਂ ਜਿਹੜੇ ਸਾਡੇ ਗੱਲੇ ਦੇ ਪੈਸੇ ਨੇਗੇ ਉਹ ਵੀ ਦਿੱਤੇ ਜਾਣ। ਇਹ ਸਾਡੇ ਨਾਲ ਚਾਲਾਂ ਖੇਡਦੇ ਨੇਗੇ, ਸਾਥੋਂ ਪੈਸੇ ਖਾਣਾ ਚਾਹੁੰਦੇ ਨੇਗੇ। ਕੋਈ 10 ਲੱਖ ਰੁਪਇਆ ਮੰਗਦਾ, ਕੋਈ 15 ਲੱਖ ਰੁਪਇਆ ਮੰਗਦਾ। ਸਾਡੇ ਜਿਹੜੇ ਮੌਜੂਦਾ ਪ੍ਰਧਾਨ ਨੇ ਉਸ ਮਤਲਬ ਕਿ ਇਹਨਾਂ ਨੂੰ ਇਹ ਪੈਸੇ ਦੇ ਨਹੀਂ ਰਹੇ, ਠੀਕ ਹੈ ਨਹੀਂ। ਇਸ ਕਰਕੇ ਸਾਨੂੰ ਇਹ ਪੈਸੇ ਗਾਹਾਂ ਸਪੈਸ਼ਲਾਂ ਦੇ ਵੀ ਨਹੀਂ ਮਿਲ ਰਹੇ, ਉਂਗਲਬਾਜ਼ੀ ਕਰਕੇ ਇਹ ਰੁਕੇ ਪਏ ਨੇਗੇ। ਇਹ ਸਾਰਾ ਕੰਮ ਲਾਭ ਸਿੰਘ ਉੱਗੋ ਮੌਜੂਦਾ ਭਦੌੜ ਹਲਕਾ MLA ਸਾਹਿਬ ਇਹਨਾਂ ਨੇ ਰੁਕਾਵਟ ਲਾਈ ਹੋਈ ਹੈ, ਪ੍ਰਸ਼ਾਸਨ ਵੀ ਇਹਦੇ ਨਾਲ ਹੈਗਾ। ਅਤੇ ਅਸੀਂ ਵੀ ਅਸੀਂ ਇਹ ਚਾਹੁੰਦੇ ਹਾਂ ਆਪਰੇਟਰ ਵੀ ਜੇ ਸਾਡੇ ਕੋਲ ਪੈਸੇ ਆਉਣਗੇ ਤਾਂ ਸਾਡਾ ਸੰਘਰਸ਼ ਆ ਜਿਹੜਾ ਖਤਮ ਹੋਊਗਾ, ਜੇ ਸਾਡਾ ਸੰਘਰਸ਼ ਮਤਲਬ ਕਿ ਨਹੀਂ ਇਸੇ ਤਰ੍ਹਾਂ ਜਾਰੀ ਰਹੂਗਾ। ਸਾਨੂੰ ਪੈਸੇ ਸਪੈਸ਼ਲਾਂ ਦੇ ਪੈਸੇ ਅਤੇ ਸਾਡੇ ਗੱਲੇ ਦੇ ਪੈਸੇ ਦਿੱਤੇ ਜਾਣ, ਅਤੇ ਨਹੀਂ ਅਸੀਂ ਸੰਘਰਸ਼ ਐਵੇਂ ਚੁੱਕਰ ਜਾਰੀ ਰੱਖਾਂਗੇ।